ਡੇਰਾ सिरसा ਦਾ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਇੱਕ ਵਾਰੀ ਫੇਰ 20 ਦਿਨਾਂ ਦੀ ਪੈਰੋਲ ਤੇ ਕੱਲ ਜੇਲ੍ਹੋਂ ਬਾਹਰ ਆ ਗਿਆ ਹੈ ਤੇ ਡੇਰਾ ਮੁਖੀ ਨੂੰ ਵਾਰੀ-ਵਾਰੀ ਪੈਰੋਲ ਦਿੱਤੇ ਜਾਣ ਤੋਂ ਬਾਅਦ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ਲ ਛਤਰਪਤੀ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਪੈਰੋਲ ਰੱਦ ਕਰਨ ਦੀ ਮੰਗ ਕੀਤੀ ਹੈ ਅੰਸ਼ਲ ਨੇ ਲਿਖਿਆ ਕਿ ਡੇਰਾ ਮੁਖੀ ਪ੍ਰਭਾਵਸ਼ਾਲੀ ਹੈ ਤੇ ਚੋਣਾ ਪ੍ਰਭਾਵਿਤ ਕਰ ਸਕਦਾ ਇਸ ਲਈ ਇਸ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਅੰਸ਼ਲ ਨੇ ਆਪਣੀ ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਉਸਦੇ ਪਿਤਾ ਪੱਤਰਕਾਰ ਰਾਮਚੰਦਰ ਛਤਰਪਤੀ ਦਾ 2002 ਦੇ ਵਿੱਚ ਡੇਰਾ सिरसा ਮੁਖੀ ਗੁਰਮੀਤ ਰਾਮ ਰਹੀਮ ਦੇ ਇਸ਼ਾਰੇ ਤੇ ਖਾਤਮਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਤੋਂ ਬਾਅਦ ਅਦਾਲਤ ਨੇ 11 ਜਨਵਰੀ 2019 ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਫਿਰ 25 ਅਗਸਤ 2017 ਨੂੰ ਵੀ ਅਦਾਲਤ ਵੱਲੋਂ ਉਸ ਨੂੰ ਡੇਰੇ ਦੀਆਂ ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਹਨਾਂ ਮਾਮਲੇ ਵਿੱਚ ਉਹ ਰੋਤਕ ਦੀ ਸੁਨਾਰੀਆਂ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਇਸ ਤੋਂ ਇਲਾਵਾ ਰਾਮ ਰਹੀਮ ਵਿਰੁੱਧ ਆਪਣੇ ਸਾਧੂਆਂ ਨੂੰ ਨਪੁੰਸਕ ਬਣਾਉਣ ਤੇ ਬੇਅਦਬੀ ਕਰਨ ਦੇ ਮਾਮਲੇ ਅਦਾਲਤ ਵਿੱਚ ਹਾਲੇ ਚੱਲ ਰਹੇ ਨੇ ਅੰਸ਼ਲ ਨੇ ਕਿਹਾ ਕਿ ਹੁਣ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੈ ਇੱਕ ਵਾਰੀ ਫੇਰ ਇਸ ਸਾਧ ਨੇ ਐਮਰਜੈਂਸੀ ਪੈਰੋਲ ਲਈ ਅਰਜ਼ੀ ਦਿੱਤੀ ਤੇ ਉਸ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਅੰਸ਼ਲ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਦੀ ਪੈਰੋਲ ਰੱਦ ਕੀਤੀ ਜਾਵੇ ਕਿਉਂਕਿ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਾਦ ਨੂੰ ਪਿਛਲੇ 2 ਸਾਲਾਂ ਦੇ ਵਿੱਚ 10 ਵਾਰੀ ਪੈਰੋਲ ਜਾਂ ਫਰਲੂ ਦਿੱਤੀ ਗਈ ਹੈ ਤੇ 255 ਦਿਨੋ ਜੇਲ੍ਹ ਤੋਂ ਬਾਹਰ ਰਿਹਾ ਹੈ ਹਾਲੇ ਹੁਣੇ ਅਗਸਤ ਮਹੀਨੇ ਦੇ ਵਿੱਚ ਹੀ ਉਹ ਵੱਡੀ ਪੈਰੋਲ ਕੱਟ ਕੇ ਗਿਆ ਹੈ ਪਹਿਲੀ ਵਾਰੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਨੂੰ ਫਰਵਰੀ 2022 ਦੇ ਵਿੱਚ 21 ਦਿਨਾਂ ਦੀ ਫਰਲੂ ਦਿੱਤੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਨੂੰ ਵਾਰ-ਵਾਰ ਮਿਲਦੀ ਪੈਰੋਲ ਦਾ ਵਿਰੋਧ ਕੀਤਾ ਹੈ एसजीपीसी ਇਸ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚੀ ਸੀ ਪਰ ਅਦਾਲਤ ਨੇ ਉਸ ਪਟੀਸ਼ਨ ਦਾ ਨਵੇੜਾ ਕਰਦਿਆਂ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਦੇ ਮਾਮਲੇ 'ਚ ਪੱਖਪਾਤ ਨਾ ਕਰਨ ਦੇ ਹੁਕਮ ਦਿੱਤੇ ਸਨ ਇਸ ਦੇ ਬਾਵਜੂਦ ਅਗਸਤ 2024 ਦੇ ਵਿੱਚ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ 21 ਦਿਨਾਂ ਦੀ ਫਿਰ ਛੁੱਟੀ ਦਿੱਤੀ ਗਈ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨ ਦੇ ਮਾਮਲੇ ਵਿੱਚ ਯੂਨੀਵਰਸਿਟੀ ਨੇ ਵੀਸੀ ਵਿਰੁੱਧ ਦੋਸ਼ਾਂ ਦੀ ਜਾਂਚ ਤੇ ਵਿਵਾਦ ਹੱਲ ਕਰਨ ਦੇ ਲਈ ਹੁਣ ਬਾਹਰੀ ਕਮੇਟੀ ਬਣਾਈ ਹੈ ਇਸ ਦੇ ਚਿੱਠੀ ਲਾਅ ਯੂਨੀਵਰਸਿਟੀ ਦੇ ਵੀਸੀ ਜੈ ਸ਼ੰਕਰ ਸਿੰਘ ਨੇ ਆਪਣੇ ਹਸਤਾਖਰਾਂ ਹੇ ਦੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਇਹ ਪੱਤਰ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ਉਹਨਾਂ ਦੇ ਨਿਰਦੇਸ਼ਾਂ ਤੇ ਜਾਰੀ ਕੀਤਾ ਹੈ ਪਰ ਹੁਣ ਇਸ ਕਮੇਟੀ ਤੇ ਵੀ ਵਿਦਿਆਰਥੀ ਆਗੂ ਨੇ ਕਈ ਗੰਭੀਰ ਸਵਾਲ ਖੜੇ ਕੀਤੇ ਨੇ ਨੋਟਿਸ ਮੁਤਾਬਿਕ ਦੋ ਮੈਂਬਰੀ ਬਾਰੀ ਕਮੇਟੀ ਵਿੱਚ ਵੀਸੀ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਲਾ ਯੂਨੀਵਰਸਿਟੀ ਸੋਨੀਪਟ ਤੇ ਪ੍ਰੋਫੈਸਰ ਅਰਚਨਾ ਮਿਸ਼ਰਾ ਤੇ ਚੇਅਰਮੈਨ ਜ਼ਿਲ੍ਹਾ ਖਾਫਤਕਾਰ ਵਿਵਾਦ ਨਿਵਾਰਨ ਕਮਿਸ਼ਨ ਭੂਪਾਲ ਗਰੀਬਾਲਾ ਸਿੰਘ ਸ਼ਾਮਿਲ ਹੋਣਗੇ ਤੇ ਅੱਜ ਤੇ ਕੱਲ ਦੇ ਵਿਚਾਲੇ ਇਹ ਜਿਹੜੀ ਜਾਂਚ ਕਮੇਟੀ ਹੈ ਕੈਂਪਸ ਦਾ ਦੌਰਾ ਕਰੇਗੀ ਉਧਰ ਕੌਮੀ ਮੈਲਾ ਕਮਿਸ਼ਨ ਨੇ ਵੀ ਹੁਣ ਇਸ ਘਟਨਾ ਦਾ ਨੋਟਿਸ ਲਿਆ ਹੈ ਤੇ ਰਜਿਸਟਰਾਰ ਨੂੰ ਚਿੱਠੀ ਭੇਜ ਕੇ 15 ਦਿਨਾਂ ਦੇ ਵਿੱਚ ਸਾਰੇ ਮਾਮਲੇ ਦੀ ਰਿਪੋਰਟ ਮੰਗ ਲਈ ਹੈ ਇਸ ਵਿਵਾਦ ਨੂੰ ਲੈ ਕੇ ਜਮਹੂਰੀ ਅਧਿਕਾਰ ਸਭਾ ਦੀ ਪਟਿਆਲਾ ਇਕਾਈ ਨੇ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਰਿਪੋਰਟ ਜਾਰੀ ਕੀਤੀ ਹੈ ਜਿਸ ਮੁਤਾਬਿਕ ਸੰਵੇਦਨਹੀਨ ਹੋਣ ਕਰਕੇ ਵੀਸੀ ਜੈ ਸ਼ੰਕਰ ਸਿੰਘ ਵਿਦਿਆਰਥੀਆਂ ਦੇ ਭਾਵਨਾਵਾਂ ਨਹੀਂ ਸਮਝ ਪਾਰੇ ਤੇ ਜਿਹੜੀ ਨਵੀਂ ਬਣਾਈ ਕਮੇਟੀ ਹੈ ਉਸ ਦੀ ਭਰੋਸੇਯੋਗਤਾ ਤੇ ਸਵਾਲ ਚੁੱਕਦੇ ਆ ਵਿਦਿਆਰਥੀਆਂ ਨੇ ਕਿ ਕਮੇਟੀ ਦੇ ਇੱਕ ਮੈਂਬਰ ਅਲਾਹਾਬਾਦ ਯੂਨੀਵਰਸਿਟੀ ਨਾਲ ਸੰਬੰਧਿਤ ਹਨ ਜਿੱਥੇ ਵੀਸੀ ਜੈ ਸ਼ੰਕਰ ਸਿੰਘ ਵੀ ਸਿਵਾਮਨਵਾ ਚੁੱਕੇ ਨੇ ਇਸ ਨਾਲ ਪੱਖਪਾਤ ਦੀ ਭਾਵਨਾ ਪੈਦਾ ਹੁੰਦੀ ਹੈ